ਤਾਰਾ ਹੀ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਰਹੂਗਾ ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸੰਸਕਾਰ ਕੀਤਾ ਉਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂਗਾ ਬੇਟੇ ਦੀ ਅੰਤਮ ਅਰਦਾਸ ਤੇ ਪਹੁੰਚੇ ਵੱਖ ਵੱਖ ਰਾਜਨੀਤਿਕ ਦਲਾਂ ਦੇ ਆਗੂ ਸਾਹਿਬਾਨ ਵੱਖ ਵੱਖ ਪੂਰੇ ਭਾਰਤ ਵਰਸ਼ ਤੋਂ ਸਾਰੀਆਂ ਹੀ ਸਟੇਟਾਂ ਤੋਂ ਸਿੱਧੂ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਸਾਰੀਆਂ ਹੀ ਸੰਸਥਾਵਾਂ ਕਲੱਬ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਇੱਕ ਵਾਰ ਗੁਰੂ ਜੀ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ 29 ਮਈ ਨੂੰ ਐਸਾ ਬਨਹੂਸ ਦਿਨ ਚੜਿਆ ਸੀ ਜਿਸ ਦੇ ਅਨੁਸਾਰ ਇਹ ਭਾਣਾ ਵਰਤ ਗਿਆ ਪਰ ਤੁਹਾਡੇ ਪਿਆਰ ਨੇ ਤੁਹਾਡੇ ਵੱਲੋਂ ਜੋ ਹੰਝੂ ਵਹਾਏ ਨੇ ਉਸਨੇ ਮੇਰਾ ਦੁੱਖ ਕਾਫੀ ਹੱਦ ਤੱਕ ਘੱਟ ਕੀਤਾ ਇਹ ਘਾਟਾ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਆਸਾਨੀ ਨਾਲ ਪੂਰਾ ਕਰ ਲਊਂਗਾ ਜਾਂ ਸਹਿਣ ਕਰ ਲਊਂਗਾ ਤਾਂ ਇਹ ਸਭ ਕਹਿਣ ਦੀਆਂ ਗੱਲਾਂ ਤਾਂ ਹੋ ਸਕਦੀਆਂ ਹੈ ਪਰ ਇਸਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਅੱਜ ਅਸੀਂ ਕਿੱਥੋਂ ਤੇ ਕਿੱਥੇ ਪਹੁੰਚ ਚੁੱਕੇ ਹਾਂ ਗੁਰੂ ਸਾਹਿਬ ਦੇ ਹੁਕਮ ਨੇ ਗੁਰਬਾਣੀ ਸਾਨੂੰ ਦੱਸਦੀ ਹੈ ਇੱਕ ਉਹੀ ਰਸਤਾ ਬਚਿਆ ਗੁਰੂ ਸਾਹਿਬ ਤੋਂ ਸੇਧ ਲੈ ਕੇ ਦਸਮੇਸ਼ ਪਿਤਾ ਤੋਂ ਸੇਧ ਲੈ ਕੇ ਕੋਸ਼ਿਸ਼ ਕਰੂੰਗਾ ਅਗਲੀ ਜ਼ਿੰਦਗੀ ਨੂੰ ਰੋੜਨ ਦੀ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਤਾਂ ਸ਼ਕਤੀਆਂ ਦੇ ਮਾਲਕ ਸੀ ਸੰਤ ਸਿਪਾਹੀ ਸੀ ਗੁਰੂ ਸੀ ਉਹ ਤਾਂ ਇੰਨੀ ਝੱਲ ਗਏ ਪਰ ਮੈਂ ਇੰਨੀ ਜੋਗਾ ਦਰਿਆ ਵੀ ਨਹੀਂ ਸੀ ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਸਿਰ ਮੱਥਿਆ ਹੈ ਜ਼ਿੰਦਗੀ ਨੂੰ ਹਰ ਹਾਲਤ ਵਿੱਚ ਚੱਲਦੀ ਰੱਖਾਂਗਾ ਇਹ ਤੁਹਾਡੇ ਨਾਲ ਵਾਅਦਾ ਕਰਨਾ ਜਿੱਥੋਂ ਤੱਕ ਸ਼ੁਭਦੀਪ ਦਾ ਸਵਾਲ ਹੈ ਉਹ ਇੱਕ ਬੜਾ ਸਿੱਧਾ ਸਾਦਾ ਨੌਜਵਾਨ ਜਿਵੇਂ ਆਮ ਪਿੰਡ ਜੱਟਾਂ ਜਵਾਕ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜੀਵਨ ਸੀ ਭਰਾਵੋ ਨਰਸਰੀ ਦੇ ਵਿੱਚ ਜਦੋਂ ਮੈਂ ਮਾਨਸਾ ਵਿਦਿਆ ਭਾਰਤੀ ਸਕੂਲ ਦੇ ਵਿੱਚ ਪੜ੍ਹਨ ਲੱਗਿਆ ਤਾਂ ਮੇਰਾ ਖਿਆਲ ਉਦੋਂ ਮੇਰੇ ਪਿੰਡ ਨੂੰ ਕੋਈ ਇੱਥੋਂ ਬੱਸ ਵੀ ਨਹੀਂ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ ਸਾਧਨਾਂ ਦੀ ਬੜੀ ਘਾਟ ਸੀ ਪਰ ਫਿਰ ਵੀ ਕਦੇ ਬੱਸਾਂ ਦੇ ਉੱਤੇ ਕਦੇ ਆਪਣੇ ਸਕੂਟਰ ਤੇ ਛੱਡ ਕੇ ਕਦੇ 2.5 ਸਾਲ ਦਾ ਸੀ 3 ਸਾਲ ਦਾ ਜੋ ਸੈਕਿੰਡ ਕਲਾਸ ਦੇ ਵਿੱਚ ਪੜ੍ਹਦਾ ਸੀ ਮੈਂ ਫਿਰ ਵਿਭਾਗ ਦੇ ਵਿੱਚ ਵੀਰੋਂ ਨੌਕਰੀ ਕਰਦਾ ਉਧਰੋਂ ਆ ਕੇ ਲੱਗੀ ਉਧਰੋਂ ਮੈਨੂੰ ਛੱਡਣ ਗਿਆ ਹੋਇਆ ਮੈਂ 20 ਮਿੰਟ ਲੇਟ ਹੋ ਗਿਆ ਉਸ ਦਿਨ ਤੋਂ ਮੈਂ ਕਿਹਾ ਪੁੱਤਰਾ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰੂੰਗਾ ਅਸੀਂ ਛੋਟਾ ਜਿਹਾ ਸਾਈਕਲ ਲੈ ਤਾ ਤੁਸੀਂ ਯਕੀਨ ਕਰਿਓ ਸੈਕਿੰਡ ਕਲਾਸ ਤੋਂ ਸਾਈਕਲ ਤੇ ਜਾਣਾ ਸ਼ੁਰੂ ਕੀਤਾ ਬੱਚੇ ਨੇ ਪਲੱਸ ਟੂ ਤੱਕ ਸਾਈਕਲ ਚਲਾਇਆ ਡੇਲੀ 24 ਕਿਲੋਮੀਟਰ ਸਕੂਲ ਜਾਣਾ ਫਿਰ 24 ਕਿਲੋਮੀਟਰ ਟਿਊਸ਼ਨ ਤੇ ਜਾਣਾ ਇਸ ਬੱਚੇ ਦਾ ਕਣ ਕਣ ਮਿਹਨਤ ਦੇ ਨਾਲ ਭਰਿਆ ਪਿਆ ਹੈ ਕਿਤੇ ਵੀ ਮਤਲਬ ਪੈਸੇ ਦੀਆਂ ਤੰਗੀਆਂ ਤੁਰਛਾਂ ਦੇ ਨਾਲ ਅਸੀਂ 2 ਭਰਾ ਸਾਨੂੰ 5-5-6-6 ਕਿੱਲੇ ਪਿਤਾਪੁਰ ਦੀ ਜ਼ਮੀਨ ਆਉਂਦੀ ਸੀ ਕੋਈ ਪੈਸੇ ਦੀ ਵੀ ਕੋਈ ਆਪਾਂ ਕਹਿ ਦਈਏ ਵੀ ਜ਼ਿਆਦਾ ਅਮੀਰਾਂ ਵਾਲੀ ਗੱਲ ਨਹੀਂ ਸੀ ਵੀ ਰੋਕ ਚ ਤਾਂ ਧੋ ਕਰਕੇ ਆਪਣਾ ਟਾਈਮ ਪਾਸ ਕੀਤਾ ਸੀ ਇਹਨਾਂ ਹਾਲਾਤਾਂ ਚੋਂ ਮੈਂ ਬੱਚੇ ਨੂੰ ਇੱਥੋਂ ਤੱਕ ਲੈ ਕੇ ਆਇਆ ਕਦੇ ਜੇਬ ਖਰਚ ਵੀ ਇਸ ਬੱਚੇ ਨੂੰ ਪੂਰਾ ਨਹੀਂ ਮਿਲਿਆ ਸੀ ਪਰ ਇਹਨੇ ਆਪਣੀ ਮਿਹਨਤ ਸਦਕਾ ਪਲੱਸ ਟੂ ਕੀਤੀ ਨੋਨ ਮੈਡੀਕਲ ਦੇ ਨਾਲ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਵਾਸਤੇ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਚਲਾ ਗਿਆ ਉਪਰੰਤ ਆਈਲੈਂਡਸ ਕਰਕੇ ਬਾਹਰ ਚਲਾ ਗਿਆ ਫਿਰ ਉਹ ਸਾਰੀ ਡਿਗਰੀ ਕਰਨ ਉਪਰੰਤ ਵੀ ਇਸਨੇ ਮੈਨੂੰ ਕਦੇ ਵੀ ਤੰਗ ਨਹੀਂ ਕੀਤਾ ਜਿਹੜਾ ਵੀ ਜੇਬ ਖਰਚ ਮਾੜੇ ਮੋਟੇ ਗਾਣੇ ਲਿਖ ਲੈਂਦਾ ਜਦੋਂ ਕੋਈ ਜੇਬ ਖਰਚਾ ਮੁੱਕਦਾ ਕਦਾ ਗਾਣਾ ਸੇਲ ਕਰਤਾ ਤੇ ਆਪਦਾ ਟਾਈਮ ਟਪਾਇਆ ਇਸੇ ਤਰ੍ਹਾਂ ਹੀ ਬੁਲੰਦੀਆਂ ਤੇ ਪਹੁੰਚਣ ਤੱਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ਦੇ ਵਿੱਚ ਪਰਸ ਨਹੀਂ ਰੱਖਿਆ ਜਦੋਂ ਵੀ ਕੋਈ 1000 ਦੀ ਲੋੜ ਹੈ 2000 ਦੀ ਲੋੜ ਹੈ ਪਾਪਾ ਦਿਓ ਪੈਸੇ ਬਿਲ ਇੰਨੀ ਨਿਮਰਤਾ ਇੰਨਾ ਪਿਆਰ ਮੈਂ ਕਹਿੰਦਾ ਜਿੰਨਾ ਸਾਡੇ ਹਿੱਸੇ ਆਇਆ ਸ਼ਾਇਦ ਜ਼ਿਆਦਾ ਕਰਨ ਕਰਕੇ ਜਲਦੀ ਮੁੱਕ ਗਿਆ ਮੈਂ ਮਹਿਸੂਸ ਕਰਦਾ ਇਹ ਬੱਚਾ ਜਦੋਂ ਵੀ ਘਰੋਂ ਨਿਕਲਦਾ ਹੈ ਕਦੇ ਵੀ ਪੈਰੀ ਹੱਥ ਲਾਏ ਤੋਂ ਬਿਨਾਂ ਆਗਿਆ ਲਏ ਤੋਂ ਬਿਨਾਂ ਗੱਡੀ ਦੀ ਸੀਟ ਤੇ ਬੈਠ ਵੀ ਜਾਣਾ ਮਾਂ ਮਾਂ ਕਹਿ ਕੇ ਬੋਲ ਮਾਰਦੇ ਰਹਿਣਾ
ਜਦ ਤੱਕ ਮਾਂ ਬੁੱਕਲ ਚ ਨਾ ਲੈਂਦੀ ਕੰਨ ਥੱਲੇ ਟਿੱਕਾ ਨਾ ਲਾਉਂਦੀ ਕਦੇ ਘਰੋਂ ਨਹੀਂ ਚੱਲਿਆ ਸੀ ਵੀਰ ਹੁਣ 29 ਤਰੀਕ ਪਤਾ ਨਹੀਂ ਕਿਹੋ ਜੀ ਆਈ ਕਿ ਮਾਂ ਪਿੰਡ ਵਿੱਚ ਵਰਗ ਹੋਈ ਸੀ ਕਿਸੇ ਦੇ ਬੈਠਣ ਚਲੀ ਗਈ ਪਰ ਮੈਂ ਘਰ ਬੈਠੇ ਸੀ ਮੈਂ ਕਿਹਾ ਵੀ ਮੈਂ ਪੁੱਤਰ ਤੇਰੇ ਨਾਲ ਚੱਲਦਾ ਪਰੰਤੂ ਕਹਿੰਦਾ ਤੁਹਾਡੇ ਕੱਪੜੇ ਠੀਕ ਨਹੀਂ ਮੈਂ ਖੇਤੋਂ ਆਇਆ ਸੀ ਤੇ ਤੁਸੀਂ ਆਰਾਮ ਕਰ ਲਓ ਨਾ ਧੋ ਲਓ ਮੈਂ 5 ਮਿੰਟਾਂ ਦੀ ਬਸ ਜੂਸ ਵਗੈਰਾ ਪੀ ਕੇ ਵਾਪਸ ਆ ਗਿਆ ਤੇ ਜਿਹੜਾ ਉਹ ਮੈਂ ਹਮੇਸ਼ਾ ਪਰਤੇ ਦੀ ਤਰ੍ਹਾਂ ਪਰਛਾਵਾਂ ਬਣ ਕੇ ਬੱਚੇ ਦੇ ਨਾਲ ਰਿਹਾ ਸਾਰੀ ਜ਼ਿੰਦਗੀ ਤੇ ਆਖਰ ਸਮੇਂ ਦੇ ਉੱਤੇ ਵੀਰੋਂ ਮੈਂ ਵੀ ਖੁੰਝ ਗਿਆ ਤੇ ਅੱਜ ਮੇਰੇ ਹੱਥ ਉਹ ਸਮਾਂ ਨਹੀਂ ਲੱਗ ਰਿਹਾ ਮੈਨੂੰ ਬਾਰ ਬਾਰ ਪਛਤਾਉਣ ਤੋਂ ਇਲਾਵਾ ਮੇਰੇ ਪੱਲੇ ਕੁਛ ਵੀ ਨਹੀਂ ਰਿਹਾ ਵੀਰੋ ਤੁਸੀਂ ਸਰਕਾਰਾਂ ਦੇ ਮਾਲਕ ਹੋ ਸਾਰੇ ਲੀਡਰ ਸਾਹਿਬਾਨ ਬੱਚੇ ਹੋ ਮੇਰੇ ਪੰਜਾਬ ਨੂੰ ਇਸ ਹੱਕ ਚੋਂ ਕੱਢ ਲਓ ਅੱਜ ਮੇਰਾ ਉਜੜਿਆ ਕੱਲ ਕਿਸੇ ਦਾ ਹੋਰ ਨਾ ਉਜੜੇ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਮੈਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਵੀ ਮੇਰੇ ਬੱਚੇ ਦਾ ਕਸੂਰ ਕੀ ਸੀ ਕੰਮ ਸੇ ਕੰਮ ਜੇ ਮੇਰਾ ਬੱਚਾ ਕੋਈ ਗਲਤੀ ਕਰਦਾ ਹੈ ਤਾਂ ਆਪਣੀ ਸਮਾਜਿਕ ਰੀਤਾ ਭਾਲਾ ਮੈਂ ਉਹਦੇ ਮਾਂ ਬਾਪ ਨੂੰ ਦੇ ਕੇ ਆਉਂਦੇ ਹਾਂ ਵੀ ਭਾਈ ਤੇਰੇ ਬੱਚੇ ਨੇ ਆਹ ਡੋਲਾ ਵਿਗਾੜਿਆ ਸਰ ਇਹਨੂੰ ਕੰਟਰੋਲ ਕਰ ਲਾ ਮੇਰੇ ਕੋਲੇ ਅੱਜ ਤੱਕ ਵੀ ਇੱਕ ਵੀ ਫੋਨ ਕਾਲ ਜਾਂ ਕਿਸੇ ਦਾ ਕੋਈ ਲਾਂਭਾ ਮੇਰੇ ਕੋਲੇ ਅੱਜ ਤੱਕ ਨਹੀਂ ਆਇਆ ਅਸੀਂ ਦੋਨੇ ਜੀ ਬੈਠੇ ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹਿੰਦਾ ਮੇਰਾ ਬੱਚਾ ਮੇਰੇ ਗੱਲ ਲੱਗ ਕੇ ਰੋਇਆ ਵੀ ਪਾਪਾ ਮੈਨੂੰ ਇੱਕ ਗੱਲ ਦੱਸੋ ਹਰ ਇੱਕ ਚੀਜ਼ ਮੇਰੇ ਨਾਮ ਨਾਲ ਕਿਉਂ ਜੁੜ ਜਾਂਦੀ ਹੈ ਮੈਂ ਕਿਸੇ ਦਾ ਵੀ ਮਾੜਾ ਨਹੀਂ ਕੀਤਾ ਮੈਂ ਉਦੋਂ ਫਿਰ ਵੀ ਮੈਂ ਯਕੀਨ ਨਹੀਂ ਕੀਤਾ ਵੀ ਨੌਜਵਾਨ ਬੱਚੇ ਆ ਕਈ ਵਾਰੀ ਮਾਂ ਬਾਪ ਨੂੰ ਨਹੀਂ ਪਤਾ ਹੁੰਦਾ ਕੋਈ ਛੋਟੀ ਮੋਟੀ ਗਲਤੀ ਕਰ ਜਾਂਦੇ ਆ ਮੈਂ ਕਿਹਾ ਮੇਰੇ ਸਿਰ ਤੇ ਹੱਥ ਰੱਖ ਕੇ ਸੌਂਖਾ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂਖਾ ਦੋਨੇ ਹੱਥ ਐ ਰਖਾ ਕੇ ਕਿਹਾ ਵੀ ਤੂੰ ਕਦੇ ਵੀ ਕਿਸੇ ਦਾ ਕੋਈ ਫੋਨ ਕਾਲ ਜਾਂ ਕਿਸੇ ਚੀਜ਼ ਨੂੰ ਬੋਲਦਾ ਨਹੀਂ ਹੈ ਕਹਿੰਦਾ ਨਹੀਂ ਫਿਰ ਮੈਂ ਕਿਹਾ ਤੈਨੂੰ ਡਰਨ ਦੀ ਲੋੜ ਨਹੀਂ ਹੈ ਆਪਣਾ ਪਰਮਾਤਮਾ ਤੇ ਵਿਸ਼ਵਾਸ ਹੈ ਆਪਣਾ ਕੋਈ ਮਾੜਾ ਨਹੀਂ ਕਰਦਾ ਵੀਰੋ ਜੇ ਆਪਾਂ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਸ਼ੈਤਾਨ ਬੰਦਾ ਆਪਣੀ ਸੌਰ ਸੁਰੱਖਿਆ ਕਰਦਾ ਹੈ ਜੇ ਮੇਰਾ ਬੱਚਾ ਕਦੇ ਕਿਸੇ ਕਿਤੇ ਗਲਤ ਵੀ ਹੁੰਦਾ ਤਾਂ ਉਹ ਇਕੱਲਾ ਗੱਡੀ ਲੈ ਕੇ ਕਦੇ ਨਹੀਂ ਆਉਂਦਾ ਸੀ ਉਹ ਨਾਲ 5-7 ਗੰਨਮੈਨ ਵੀ ਰੱਖਦਾ ਚਾਹੇ ਪ੍ਰਾਈਵੇਟ ਮੁੰਡੇ ਪ੍ਰਾਈਵੇਟ ਕਿਉਂ ਨਾ ਰੱਖਦੇ ਸੀ ਕਿਉਂਕਿ ਸਾਨੂੰ ਕਦੇ ਖਤਰਾ ਮਹਿਸੂਸ ਹੋਇਆ ਹੀ ਨਹੀਂ ਸੀ ਅਸੀਂ ਵੀ ਛੋਟੀ ਮੋਟੀ ਜਿਹੇ ਹਾਲਾਤ ਵਿਗੜਦੇ ਕੰਟਰੋਵਰਸੀਆਂ ਚੱਲਦੀਆਂ ਰਹੀਆਂ ਉਹਨਾਂ ਤੋਂ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਸੀ ਪਰ ਸੋਸ਼ਲ ਮੀਡੀਆ ਦੀ ਕਿਰਪਾ ਵੀ ਇੰਨੀ ਰਹੀ ਵੀ ਛੋਟੀ ਜਿਹੀ ਗੱਲ ਹੁੰਦੀ ਨਹੀਂ ਤੁਹਾਨੂੰ ਵਧਾ ਚੜ੍ਹਾ ਕੇ ਪੇਸ਼ ਕਰੀ ਜਾਣਾ ਸੋਸ਼ਲ ਮੀਡੀਆ ਤੇ ਮੇਰੇ ਪੂਰੇ ਹੱਥ ਬੰਨ ਕੇ ਤੁਹਾਡੇ ਪੂਰੇ ਬੇਨਤੀ ਹੈ ਵੀਰੋ ਦੁੱਖ ਅਸੀਂ ਪੁੱਤਦਾ ਚੜ੍ਹ ਲਾਂਗੇ ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਰੋੜਨ ਦਾ ਹਿੱਸਾ ਕਰ ਲਾਂਗੇ ਪਰ ਮੇਰੇ ਪਰਿਵਾਰ ਨੂੰ ਮੇਰੇ ਪੁੱਤ ਦੇ ਸਿਵੇ ਨੂੰ ਉੱਥੇ ਵੱਖ ਵੱਖ ਖਬਰਾਂ ਨਾ ਬਣਾਇਓ ਉਹਨੂੰ ਕਿਤੇ ਕਹਾਣੀਆਂ ਬਣਾ ਬਣਾ ਕੇ ਸਟੋਰੀਆਂ ਨਾ ਪਾਇਓ ਮੈਂ ਪੁੱਤ ਗੁਆਇਆ ਜਦੋਂ ਮੈਂ ਦੇਖਦਾ ਮੈਂ ਫੋਨ ਨਹੀਂ ਦੇਖਿਆ ਵੀਰੋ ਜਿੱਦਣ ਦੀ ਘਟਨਾ ਹੋਈ ਹੈ ਮੈਂ ਜਦੋਂ ਪੜ੍ਹਦਾ ਮੇਰਾ ਹਿਰਦਾ ਬਰੁੰਦਰੇ ਜਾਂਦਾ ਮੇਰਾ ਬੱਚਾ ਬੇਹੱਦ ਸੰਤ ਸਾਧ ਸੁਭਾਅ ਦਾ ਬੱਚਾ ਸੀ ਉਹ ਕਦੇ ਵੀ ਕਿਸੇ ਦਾ ਨੁਕਸਾਨ ਕਰਨਾ ਨਹੀਂ ਚਾਹੁੰਦਾ ਸੀ ਪਰ ਉਹਦਾ ਆਪਣਾ ਹੋ ਬੈਠਾ ਕਿਉਂਕਿ ਜੇ ਉਹਦੇ ਮਨ ਦੇ ਵਿੱਚ ਕੋਈ ਵੀ ਪੁੰਨ ਪਾਪ ਹੁੰਦਾ ਜਾਂ ਉਹਨੂੰ ਕਿਸੇ ਗੱਲ ਤੋਂ ਖਤਰਾ ਹੁੰਦਾ ਤਾਂ ਉਹ ਆਪਣੀ ਸੁਰੱਖਿਆ ਦਾ ਹੋਰ ਵੀ ਪ੍ਰਬੰਧ ਕਰ ਸਕਦਾ ਸੀ ਉਹ ਬੁਲੰਦੀਆਂ ਤੇ ਪਹੁੰਚ ਕੇ ਆਪਣੀ ਪ੍ਰਾਈਵੇਟ ਸਿਕਿਉਰਿਟੀ ਵੀ ਰੱਖ ਸਕਦਾ ਸੀ ਤੁਸੀਂ ਖਾ ਬਖਾ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ ਕਦੇ ਤੁਸੀਂ ਭਾਈ ਰਾਜੇ ਬਾਰੇ ਕੁਛ ਬੋਲ ਦਿੰਦੇ ਹੋ ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਹੈ ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਕੀ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਕੇ ਬੁਰਾ ਭਲਾ ਬੋਲ ਦੋ ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ ਵੀਰ ਬਣ ਕੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹੁੰਦੇ ਹੋ ਸਿੱਧੂ ਦਾ ਨੂੰ ਇਲੈਕਸ਼ਨ ਚ ਕੋਈ ਨਹੀਂ ਲੈ ਕੇ ਆਇਆ ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ ਮੈਂ ਵੀ ਰੋਕਿਆ ਭਾਈ ਰਾਜੇ ਨੇ ਵੀ ਰੋਕਿਆ ਉਹਨੂੰ ਬਾਈ ਤੇਰੇ ਬਸ ਦੀ ਗੱਲ ਨਹੀਂ ਤੇਰਾ ਬੜਾ ਵਧੀਆ ਫਿਊਚਰ ਚੱਲਦਾ ਸਾਨੂੰ ਤਾਂ ਇੱਕ ਹਲਕਾ ਜਾਂਦਾ ਤੇ ਤੂੰ ਤਾਂ ਦੁਨੀਆਂ ਦੇ ਮਸ਼ਹੂਰ ਹੈ ਉਹਦਾ ਆਪਣਾ ਫੈਸਲਾ ਸੀ ਵੀਰੋ ਐਵੇਂ ਨਾ ਕਿਸੇ ਨੂੰ ਬੁਰਾ ਭਲਾ ਬੋਲਿਆ ਕਰੋ ਵੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਵੀਰੋ ਪਹਾੜ ਜਿੱਦਾਂ ਦੁੱਖ ਹੈ ਕਹਿਣਾ ਸੌਖਾ ਹੈ ਜੇ ਕਰ ਲਾਂਗੇ ਉਹ ਕਰ ਲਾਂਗੇ ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਘੁੱਪਾ ਨੇਰਾ ਹੋਇਆ ਪਰ ਸ਼ਾਇਦ ਮੈਂ ਸੋਚਦਾ ਹੁੰਦਾ ਸੀ ਵੀ ਬੰਦੇ ਇੱਕ ਅੱਧਾ ਪੜਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮਾੜਾ ਆਉਂਦਾ ਚਾਹੇ ਬਚਪਨ ਆ ਜਾਏ ਚਾਹੇ ਬੁਢਾਪਾ ਆ ਜਾਏ ਚਾਹੇ ਜਵਾਨੀ ਆ ਜਾਏ ਪਰ ਮੈਂ ਇੱਕ ਬਦਕਿਸਮਤ ਬਾਪ ਹਾਂ ਮੈਂ ਬਚਪਨ ਵੀ ਮਾੜਾ ਵੇਖਿਆ ਮੈਂ ਬੁਢਾਪਾ ਵੀ ਮਾੜਾ ਵੇਖ ਰਿਹਾ
ਚਲੋ ਫਿਰ ਵੀ ਆਪਣੇ ਕਰਮਾਂ ਦੀਆਂ ਤਕਦੀਰਾਂ ਦੇ ਵੀ ਮੈਥੋਂ ਗਊਆਂ ਦੇ ਬਾਰੇ ਨੂੰ ਅੱਗ ਲੱਗੀ ਹੋਣੀ ਹੈ ਕਦੇ ਕੋਈ ਪਾਪ ਹੋਇਆ ਹੋਣਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਦਾ ਇਹ ਸੱਚੇ ਪਾਤਸ਼ਾਹ ਅਣਜਾਣ ਬੱਚਾ ਸਮਝ ਕੇ ਹੋਈਆਂ ਪੁੱਲਾਂ ਦਾ ਪਰਿਵਾਰ ਤੇ ਨੂੰ ਹੱਥ ਰੱਖਿਓ ਕਿਸੇ ਵੀ ਵੀਰ ਨੂੰ ਕਦੇ ਕੋਈ ਸਿੱਧੂ ਨੇ ਵੀਰ ਬੱਚੇ ਨੇ ਕੁਛ ਸ਼ਬਦ ਮਾੜਾ ਚੰਗਾ ਬੋਲਤਾ ਹੋਵੇ ਮੇਰੇ ਪਰਿਵਾਰ ਨੇ ਕਦੇ ਕਿਸੇ ਨੂੰ ਬੋਲਤਾ ਹੋਵੇ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਵੀਰੋ ਤੁਸੀਂ ਇਵੇਂ ਜਿਵੇਂ ਸਿੱਧੂ ਨਾਲ ਪਿਆਰ ਬਣਾਈ ਰੱਖਿਓ ਮੈਂ ਵਾਅਦਾ ਕਰਦਾ ਜਿੰਨੀ ਚ ਮੇਰੇ ਚ ਹਿੰਮਤ ਬੱਚੀ ਹੈ ਮੈਂ ਆਪਣੇ ਬੱਚੇ ਨੂੰ ਸਿੱਧੂ ਦਾ ਨਹੀਂ ਬਣ ਸਕਦਾ ਪਰ ਉਹਦੇ ਕਦਮਾਂ ਦੇ ਚੱਲਣ ਦੀ ਕੋਸ਼ਿਸ਼ ਕਰੂੰਗਾ ਮੇਰੀ ਕੋਸ਼ਿਸ਼ ਹੈ ਵੀ ਹਲੇ ਸਿੱਧੂ ਨੂੰ ਮੈਂ 5-10 ਸਾਲ ਤੱਕ ਜਿਉਂਦਾ ਰੱਖਾਂ ਕਿਉਂਕਿ ਸਿੱਧੂ ਗੀਤਾ ਰਾਹੀਂ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਰਹੂੰਗਾ ਮੇਰਾ ਤੁਹਾਡੇ ਨਾਲ ਵਾਅਦਾ ਇਸ ਗੱਲ ਦਾ ਮੈਂ ਜਿੰਨੀ ਹਿੰਮਤ ਦੇ ਨਾਲ ਪੁੱਤ ਦਾ ਸੰਸਕਾਰ ਕੀਤਾ ਉਨੀ ਹਿੰਮਤ ਦੇ ਨਾਲ ਸਿੱਧੂ ਨੂੰ ਤੁਹਾਡੇ ਨਾਲ ਹਰ ਆਖਰੀ ਸਾਹ ਤੱਕ ਜੋੜਨ ਦੀ ਕੋਸ਼ਿਸ਼ ਰੱਖੂੰਗਾ ਫਿਰ ਵੀ ਕੋਈ ਕਿਸੇ ਨੂੰ ਵਿਚਾਰਾ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਵੀਰੋ ਅਣਜਾਣ ਤੁਸੀਂ ਪਾਪ ਸਮਝ ਕੇ ਮਾਫ਼ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ